ਲੰਬੇ ਵਿਵਾਦਾਂ ਤੋਂ ਬਾਅਦ ਹੁਣ ਅੱਧਾ ਸਕੂਲ ਬਣਨ ਦੀ ਉਮੀਦ ਜਾਗ ਰਹੀ ਹੈ। ਸਕੂਲ ਮੈਨੇਜਮੈਂਟ ਅਤੇ ਟੀਚਰਾਂ 'ਚ ਆਏ ਦਿਨ ਕੋਈ ਨਾ ਕੋਈ ਵਿਵਾਦ ਬਣਿਆ ਹੀ ਰਹਿੰਦਾ ਸੀ, ਜਿਸ ਕਾਰਨ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਉੱਤੇ ਬਹੁਤ ਅਸਰ ਪੈ ਰਿਹਾ ਸੀ ਅਤੇ ਆਏ ਦਿਨ ਹੀ ਸਕੂਲ 'ਚ ਪੁਲਿਸ ਦੇ ਆਉਣ ਨਾਲ ਅਨਾਪ ਸ਼ਨਾਪ ਬੋਲਣ ਨਾਲ ਬੱਚਿਆਂ ਦੇ ਮਾਪੇ ਵੀ ਸਕੂਲ ਤੋਂ ਮੂੰਹ ਮੋੜ ਕਰ ਆਪਣੇ ਬੱਚੇ ਨੂੰ ਸਕੂਲ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਸਕੂਲ ਪ੍ਰਬੰਧਕ ਅਤੇ ਟੀਚਰਾਂ 'ਚ ਹੋਈ ਸੁਲਾਹ ਤੋਂ ਬਾਅਦ ਬੱਚੇ ਸਮੇਤ ਉਹਨਾਂ ਦੇ ਮਾਪਿਆਂ ਨੇ ਵੀ ਸੁੱਖ ਦਾ ਸਾਹ ਲਿਆ। ਸਕੂਲ ਦੇ ਪ੍ਰਬੰਧਕ ਉੱਤੇ ਹਮੇਸ਼ਾ ਹੀ ਰੋਸ ਕਰਨ ਵਾਲੀਆਂ ਔਰਤਾਂ ਟੀਚਰਾਂ ਨੇ ਪ੍ਰੈਸ ਵਾਰਦਾਤ ਕਰਦੇ ਹੋਏ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਅਤੇ ਵਿਸ਼ਵਾਸ ਦਵਾਇਆ ਕਿ ਹੁਣ ਸਕੂਲ 'ਚ ਸਭ ਠੀਕ ਹੋ ਜਾਵੇਗਾ ਅਤੇ ਬੱਚਿਆਂ ਦੀ ਪੜ੍ਹਾਈ ਕਦੇ ਵੀ ਖਰਾਬ ਨਹੀਂ ਹੋਵੇਗੀ। ਹਰ ਇੱਕ ਗੱਲ ਨੂੰ ਦੇਖੋ, ਆਪਾਂ ਕਿਸੇ ਵੀ ਬੁਰੀ ਗੱਲ ਨੂੰ ਜਾਂ ਕਿਸੇ ਵੀ ਆਪਣਾ ਕੋਈ ਵੈਰ ਵਿਰੋਧ ਆ ਉਹਨੂੰ ਛੱਡ ਕੇ ਅੱਗੇ ਵਧਣਾ ਕੋਈ ਮਾੜੀ ਗੱਲ ਨਹੀਂ ਹੈ। ਉਸੇ ਚੀਜ਼ ਨੂੰ ਲੈ ਕੇ ਕਿ ਅਸੀਂ ਮੈਨੇਜਮੈਂਟ ਨਾਲ ਜੋ ਵੀ ਸਾਡਾ ਵਿਰੋਧ ਚੱਲ ਰਿਹਾ ਸੀ ਜਾਂ ਕਿਸੇ ਗੱਲਾਂ ਨੂੰ ਵੀ ਲੈ ਕੇ ਜੋ ਸਾਡੇ 'ਚ ਮਿਸਅੰਡਰਸਟੈਂਡਿੰਗ ਸੀ ਉਹ ਕਲੀਅਰ ਹੋ ਚੁੱਕੀ ਹੈ, ਇਹਨਾਂ ਗੱਲਾਂ ਨੂੰ ਅਸੀਂ ਪਿੱਛੇ ਛੱਡ ਕੇ ਅਸੀਂ ਸਮੂਥਲੀ ਸਕੂਲ ਚਲਾਉਣਾ ਚਾਹੁੰਦੇ ਹਾਂ। ਔਰ ਪਿੰਡ ਦੇ ਮਹੱਤਵਪੂਰ ਬੰਦੇ ਜਿਵੇਂ ਗੁਰਸ਼ਵਿੰਦਰ ਵੀਰ ਜੀ ਸਾਡੇ ਨਾਲ ਨੇ, ਮੈਨੇਜਮੈਂਟ ਵੀ ਸਾਡੇ ਨਾਲ ਹੈ, ਅਸੀਂ ਸਾਰੇ ਜਣੇ ਰਲ ਕੇ, ਸਾਡਾ ਇੱਕ ਹੀ ਏਮ ਹੈ ਕਿ ਸਾਡਾ ਸਕੂਲ ਹੈ ਜਿਹੜਾ ਉਹ ਸਮੂਥਲੀ ਚੱਲੇ। ਪਰ ਮੈਂ ਪ੍ਰੋਟੈਸਟ ਕੀਤਾ ਸੀ, ਠੀਕ ਹੈ, ਜੋ ਵੀ ਮਿਸਅੰਡਰਸਟੈਂਡਿੰਗ ਸੀ ਉਹਨਾਂ ਨੂੰ ਸਾਡੀਆਂ ਕਲੀਅਰ ਹੋ ਚੁੱਕੀਆਂ। ਔਰ ਜਿਹੜੇ ਬੰਦੇ ਸਾਡੇ ਨਾਲ ਜਿਵੇਂ ਹੁਣ ਗੁਰਸ਼ਵਿੰਦਰ ਸਰ ਨੇ 2011 ਤੋਂ ਸਕੂਲ ਦੇ ਨਾਲ ਜੁੜੇ ਹੋਏ ਸੀ, ਸਾਡੇ 2011 ਤੋਂ ਅਸੀਂ ਇਹਨਾਂ ਦੇ ਨਾਲ ਬਿਲਕੁਲ ਇਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ, ਅਸੀਂ ਵੀ ਟਾਈਮ ਟੂ ਟਾਈਮ ਜੋ ਸਾਨੂੰ ਲੋੜ ਪਈ ਇਹਨਾਂ ਨੂੰ ਬੁਲਾਇਆ ਸਕੂਲ 'ਤੇ। ਹੁਣ ਜਦੋਂ ਇੰਨੇ ਮਸਲਿਆਂ ਤੋਂ ਬਾਅਦ ਵੀ ਕੋਈ ਸਲਿਊਸ਼ਨ ਨਹੀਂ ਹੋਇਆ ਤਾਂ ਇਹ ਸਾਡੇ ਕੋਲ ਲੈ ਕੇ ਆਏ ਮੈਨੇਜਮੈਂਟ ਦਾ ਜੋ ਪ੍ਰਪੋਜ਼ਲ ਸੀ ਵੀ ਠੀਕ ਹੈ ਤੁਹਾਡੇ 'ਚ ਮਿਸਅੰਡਰਸਟੈਂਡਿੰਗਸ ਅਸੀਂ ਕਲੀਅਰ ਕਰਵਾ ਰਹੇ ਹਾਂ, ਤਾਂ ਅਸੀਂ ਬਿਲਕੁਲ ਅਸੈਪਟ ਕੀਤਾ, ਉਹ ਕਲੀਅਰ ਹੋ ਚੁੱਕੀ ਹੈ ਅਤੇ ਅਸੀਂ ਸਕੂਲ ਨੂੰ ਸਮੂਥਲੀ ਚਲਾਉਣਾ ਚਾਹੁੰਦੇ ਹਾਂ। ਇਸ ਮੌਕੇ ਸਕੂਲ ਮੈਨੇਜਮੈਂਟ ਦੀ ਚੇਅਰਮੈਨ ਹਰਸਿਮਰਨ ਕੌਰ ਰੰਧਾਵਾ ਨੇ ਕਿਹਾ ਕਿ ਹੁਣ ਸਾਡਾ ਟੀਚਰਾਂ ਨਾਲ ਸਮਝੌਤਾ ਹੋ ਗਿਆ, ਇਸ ਕਰਕੇ ਸਕੂਲ ਹੁਣ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਗੇ ਅਤੇ ਸਕੂਲ 'ਚ ਅਨੁਸ਼ਾਸਨ ਬਣਾ ਕੇ ਰੱਖਿਆ ਜਾਵੇਗਾ। ਸਰ, ਪਹਿਲਾਂ ਤਾਂ ਇਹ ਸਿਚੁਏਸ਼ਨ ਹੋਈ ਸੀ ਕਿ ਉਹਨਾਂ ਨੇ ਡਾਕੂਮੈਂਟਸ ਦਿਖਾਏ ਜੋ ਕਿ ਖੁਦ ਹੀ ਉਹਨਾਂ ਨੇ ਅਪਲਾਈ ਕੀਤੇ ਸੀ, ਸੈਲਰੀ ਉਹ ਕਲੇਮ ਕਰਦੇ ਸੀ, ਸੈਲਰੀ ਦੀ ਜਿੰਨੇ ਸਿਗਨੇਚਰਸ ਹੁੰਦੇ ਸੀ ਪ੍ਰਿੰਸੀਪਲ ਦੇ ਸਾਈਨ ਨਾਲ ਜਾਂਦੇ ਸੀ, ਅਤੇ ਉਹਨਾਂ ਨੇ ਬਾਅਦ ਵਿੱਚ ਟੀਚਰਸ ਨੂੰ ਗੁੰਮਰਾਹ ਕੀਤਾ ਸੇਮ ਸਟੇਟਮੈਂਟ ਦੇ ਕੇ, ਸਕੂਲ ਦਾ ਮਾਹੌਲ ਖਰਾਬ ਕੀਤਾ, ਬੱਚਿਆਂ ਤੋਂ ਸਟ੍ਰਾਈਕਸ ਕਰਵਾਈਆਂ, ਟੀਚਰਸ ਤੋਂ ਸਟ੍ਰਾਈਕ ਕਰਵਾਈ, ਬਹੁਤ ਮਾਹੌਲ ਖਰਾਬ ਕਰਨ ਦੇ ਬਾਅਦ ਜਦੋਂ ਹੁਣ ਫਾਈਨਲੀ ਉਹਨਾਂ ਨੂੰ ਜਦੋਂ ਟਰਮੀਨੇਟ ਕੀਤਾ ਗਿਆ ਅਤੇ ਹੁਣ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਮੈਨੇਜਮੈਂਟ ਮੇਰੇ ਤੋਂ ਰਿਕਾਰਡ ਲੈ ਰਹੀ ਹੈ, ਪ੍ਰੋਬਲਮ ਸੋ ਐਂਡ ਸੋ ਕ੍ਰੀਏਟ ਹੋ ਰਹੀਆਂ ਨੇ, ਦੈਟਸ ਇਟ, ਹੁਣ ਸਾਰਾ ਕੁਝ ਸੋਲਵ ਹੋ ਰਿਹਾ, ਟੀਚਰਸ ਵੀ ਬਿਲਕੁਲ ਠੀਕ ਨੇ, ਸਾਰਾ ਸਕੂਲ ਵਧੀਆ ਚੱਲ ਰਿਹਾ। ਮੈਸੇਜ ਤਾਂ ਸਰ ਇਹ ਹੈ ਕਿ ਸਾਰੇ ਕੋਆਪਰੇਟ ਕਰਨ, ਮੈਨੇਜਮੈਂਟ ਨਾਲ ਕਰਨ, ਟੀਚਰਸ ਨਾਲ ਕਰਨ, ਅਸੀਂ ਸਟਰੈਂਥ ਵਧਾਉਣਾ ਚਾਹੁੰਦੇ ਹਾਂ, ਅਸੀਂ ਆਪਣਾ ਪ੍ਰੋਪਰ ਸਕੂਲ ਚਲਾਉਣਾ ਚਾਹੁੰਦੇ ਹਾਂ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਯੂਏ ਪੰਜਾਬ ਟੀਵੀ।